जी अस्सलाम वालेकुम, वेलकम बैक हो गए जी आप सबका एक और ब्रांड न्यू वीडियो में। संडे ऑक्शन के सिक्स पार्ट का आगाज़ करते हैं और देखते हैं किस गाड़ी की ऑक्शन चल रही है, क्या उसकी डिमांड चलती है, क्या बोलियाँ लगती हैं, ये सारा कुछ आप लोगों को दिखाता हूँ। वीडियो को एंड तक जरूर देखिएगा, वीडियो को लाइक एंड शेयर लाजमी कीजिएगा और भाई के चैनल को सब्सक्राइब नहीं किया तो चैनल को जरूर सब्सक्राइब कर लें, बेल आइकन को लाजमी दबा दीजिएगा ताकि आप लोगों को मेरी हर आने वाली वीडियो का नोटिफिकेशन मिलता रहे। आप एंट्री मारते हैं ऑक्शन में और देखते हैं क्या सिस्टम चल रहा है। अभी माशाल्लाह दोस्त गुजर रहा था, मैं चलो मैं भी चलता हूँ। नहीं नहीं अच्छी बात है और सब ठीक है अल्हम्दुलिल्लाह। चलें जी चलते हैं वापस गौरी भाई की तरफ और देखते हैं वो किस गाड़ी की ऑप्शन कर रहे हैं और आप लोगों को दिखाता हूँ मजे मजे की ऑप्शन। आप लोग बस वीडियो को लाइक जरूर किया करें। प्राडो, पुरानी प्राडो की चल रही है ऑप्शन। ਕਾਗਜ਼ ਕਿਹੜੇ ਜਾਨਵਰ ਦੀ ਟੈਂਸ਼ਨ ਨਾ ਲਵੋ। ਦੱਸੋ
ਕੰਮ ਬੜਾ ਹੋ ਗਿਆ ਜੀ, ਛੇਤੀ ਖਾ ਲਓ, ਬਿਸਮਿਲਲਾ ਕਰੋ। ਇਹ 48 ਵਾਲਾ ਕੰਮ ਬਹੁਤ ਦੂਰ ਹੈ। ਦੋ ਤਿੰਨ ਕਿਸਾਨ ਕਿਚਨ ਚੇਂਜ ਰੱਖਦੇ ਨੇ, 30,000 ਛੱਡ ਦਿਓ। ਬਿਲਕੁਲ ਹੀ ਅੱਲਾ ਛੜਾ, ਬਿਲਕੁਲ ਛੜਾ, ਨਾ ਵਿਆਹ ਹੋਇਆ ਤੇ ਨਾ ਇਹਨੇ ਕਰਾਇਆ। ਜੇ ਵੀ ਮੈਨੂੰ ਦਿਖਾਣ ਵੀ ਕੋਈ ਤੇ ਕੰਡੀਸ਼ਨ ਕੀ ਭਜਨ ਸੱਤ ਦਿੱਤੀ ਜਨਮਨ ਪਾਸੇ 21 ਲੱਖ ਰੁਪਇਆ ਹੁੰਦਾ ਸੀ, ਪਰ ਸਾਡਾ ਬਦਲ ਤੇਰਾ ਮੈਨੂਅਲ ਗਿਆ ਤੋਂ ਬਗੈਰ ਟਰਾਂਡਰ ਤੋਂ। ਹਾਂਜੀ, ਸੱਤ ਡਿੱਗੀ ਬੋਨਰ ਜਨਮਨ ਦੀ ਬਾਤ ਦੇ ਰਿਹਾ, ਲੇਕਿਨ ਬੋਨਰ ਟਿਕਲਣਾ ਕੋਈ ਮੈਨੂੰ ਲੱਗਦਾ। ਹਾਂਜੀ ਬੋਲੋ ਜੀ, 21 ਲੱਖ ਰੁਪਇਆ ਅੰਦਰ ਦੀ ਸੋਹਣੀ ਗੱਡੀ ਮਾਸ਼ਾਅੱਲਾ ਹੋ ਗਿਆ, ਬਹੁਤ ਸੋਹਣਾ ਗੱਡੀ ਦਾ ਕਵਰ ਕੀ ਹੋ ਗਿਆ ਜੀ, ਮੇਰੀਆਂ ਸ਼ਾਇਦ ਅੱਖਾਂ ਖਰਾਬ ਹੋ ਗਈਆਂ, ਥੋੜਾ ਬੁੱਢਾ ਹੋ ਗਿਆ, ਲੇਕਿਨ ਹੈਗਾ ਮੈਂ ਜਵਾਨ ਹੀ ਹਾਲੇ, ਰੱਖਾਂ ਹੀ ਬੁੜੀਆਂ ਹੋ ਗਈਆਂ। ਹਾਂ ਹਾਂ ਵੀ ਚੋਰੀ 21-40 21-40
ਹਾਂਜੀ ਭਾਜੀ ਬਹੁਤ ਫਰਕ ਹੈ। ਕਿੰਨਾ ਕੁ ਫਰਕ ਹੈ ਦੱਸੋ? ਪਾਣਾ ਫਰਕ ਹੈ। ਕਿੰਨਾ ਕੁ ਫਰਕ ਕੱਢੀਏ? ਇਹ 5 ਲੱਖ ਦਾ ਫਰਕ ਹੈਗਾ। ਕਿੰਨਾ ਕੁ ਕੱਢਣਾ ਫਰਕ ਦੱਸੋ? ਆਰਡਰ ਲਓ। 5 ਲੱਖ ਦਾ ਫਰਕ ਹੈ। 5 ਲੱਖ ਦਾ ਫਰਕ ਹੈ। ਹੁਣ ਕੀ ਜਾਂਦੇ ਹੋ? 5 ਲੱਖ ਦਾ ਦੇ ਦਈਏ। ਸਾਡੇ 5 ਦਾ ਦੇ ਦਈਏ। 26 ਫਾਈਨਲ ਹੋਇਆ। 23 ਲੱਖ ਰੁਪਏ ਦੇ ਦਈਏ। ਹਾਂਜੀ ਕਈਆਂ ਤੋਂ ਟੁੱਟ ਹੈ ਜੀ, ਕਈ ਲੱਖ ਤੋਂ ਟੁੱਟਿਆ ਜੀ ਪਾਰਟੀ। ਹਾਂਜੀ ਕੋਈ ਹੈ ਦੋਸਤ? 23 ਲੱਖ ਤੋਂ ਟੁੱਟਿਆ ਕੋਈ? ਆਓ ਅੱਗੇ ਆ ਜਾਓ ਜੀ। ਕਲਟਰ ਸਿੰਘ ਮਾਲਕ ਕਿਹੜੇ ਨੇ? ਇੱਕ ਪੀਸ ਭਜਨ ਕਹਿ ਰਹੇ ਨੇ ਸੈਂਟਰ ਲੈਫਟ ਸਾਈਡ ਦਾ, ਲੇਕਿਨ 2 ਪੀਸ ਚੇਂਜ ਰੱਖਣ ਦੇ ਪੈਸੇ ਕਿੰਨੇ ਜੀ? 29 ਲੱਖ ਰੁਪਇਆ ਜੀ। ਇੱਕੀ ਮਾਡਲ ਵੀ ਇੱਕ ਸਾਰ ਦੀ ਬੈਗ ਨਾਲ ਚੌਵੀ ਲੱਖ ਰੁਪਇਆ ਜੀ। ਇੱਕੀ ਮਾਡਲ ਜੀ ਚੌਵੀ ਲੱਖ ਸੱਠ ਹਜ਼ਾਰ ਚੌਵੀ ਸੱਠ ਚੌਵੀ ਅੱਸੀ ਜੀ ਚੌਵੀ ਅੱਸੀ ਜੀ ਪੱਚੀ ਲੱਖ ਰੁਪਇਆ ਜੀ ਇੱਕੀ ਮਾਡਲ ਜੀ ਕਲਟਸ ਵੀ ਇੱਕ ਸਾਰ ਦੋ ਕੁ ਪਿਛੋਂ ਨਹੀਂ ਟੱਚਿੰਗ ਦੇ ਨਾਲ ਪੱਚੀ ਲੱਖ ਰੁਪਇਆ ਹੋ ਗਿਆ ਜੀ ਨੋਟ ਦੇ ਪੱਚੀ ਲੱਖ ਵਾਲੇ
ਸਵਾ ਪੰਜੀ ਹੋ ਗਿਆ ਜਨਾਬ। 25,25,000 ਰੁਪਇਆ 2021 ਮਾਡਲ ਕੀ ਕਲਟਸ V8 4 ਦੋ ਕਿਸਮ ਦੀ ਟੱਚਿੰਗ ਕੇ ਸਾਥ ਔਰ ਚਲੀ ਕਿਤਨੀ ਭਾਈ 64,000 ਕਿਲੋਮੀਟਰ ਚਲੀ ਹੋਏਗੀ। ਲੋ ਰੇਟ ਅੱਗੇ ਹੁੰਦੀ 25,00,000 ਰੁਪਇਆ 25,01,000 25,02,000 25,03,000 50,60 ਕਿਦਾ ਸੀ ਜੀ? ਲੱਖ ਰੁਪਇਆ ਲੈ ਵੀ ਸ਼ੇਰਾ ਹੁਣ ਹਿੱਲਣਾ ਨੀ ਤੇ ਬੋਲਣਾ ਨੀ, ਜਿਹਦੇ ਗੱਡੀ ਦੇ ਛੱਤ ਤੇ ਬਿਠਾ ਕੇ ਤੇਰੀਆਂ ਫੋਟੋਆਂ ਲਾਈ ਜਾਣੀਆਂ ਮੈਂ। 26,01,000 26,02,000 26,03,000 ਉਹ B8L ਵੇਚੀਏ ਮੈਂ 26,00,000 ਰੁਪਏ ਦੀ 22 ਮਾਡਲ ਗੋਲਡਨ ਰੰਗ ਦੀ ਕਿਹਨੇ ਨੇ ਦੇਣੀ ਹੈ? ਵੇਚਣੀ ਕਿ ਜਾਈਏ ਸਾਡੇ ਕੋਲ ਟਾਈਮ ਨਾ ਨਾ ਕਰਾ ਦੇ ਗੱਲ ਕਰ 26,00,000 ਦੀ ਦੇ ਲੈ ਫੜ ਜਾ ਐਲਾ ਵੀ ਸ਼ੇਰਾ ਫੜ ਲਾ ਹੁਣ ਬਸ ਇਸ ਤੋਂ ਕਿ ਮੇਰੀ ਤੁਹਾਡੀ ਹੈ ਗੁਜ਼ਾਰਿਸ਼ 26,00,000 ਠੀਕ ਹੈ 26,00,000 ਕਹਿੰਦਾ ਮੈਂ ਠੀਕ ਕਹਿੰਦਾ ਹਾਂਜੀ ਹਾਂਜੀ ਹੋਰ ਜੀ 29,00,000 ਰੁਪਇਆ 28,00,000 ਰੁਪਏ ਦੀ ਕਹਿ ਲਾ ਦੇ ਦੇਵਾਂਗੇ 28,00,000 ਦੇ 28,00,000 ਤੇ ਆ ਗਿਆ ਬਈ
ਦੱਸੋ ਜੀ। ਹਾਂਜੀ ਹੋਰ ਮੇਰਾ ਕੋਈ ਭਾਈ ਬੋਸਨ ਸ਼ੇਰ ਲੱਗੇ ਜਾਂ ਬੱਬਰ ਸ਼ੇਰ ਲੱਗੇ ਜਾਂ ਸਤਾਈ ਲੱਖ ਰੁਪਏ ਹੋ ਗਿਆ ਸਭ ਤੁਹਾਡੀ ਹੋਈ ਗੱਡੀ ਅੱਲਾ ਬਿਸਮਿਲਾ ਕਰ ਪਾਲਾ ਭਾਈ ਪਾਲਾ ਉਹਨਾਂ ਰੁਕ ਉਹ ਪਾਲਾ ਭਾਈ ਆਹ ਪਾਲਾ ਉਹਨੇ ਤੇ ਪਾਲਾ ਹੀ ਲਾ ਕੇ ਚਲਾ ਜੀ ਸਾਡਾ ਪਾਲਾ ਨੋਟ ਨੋਟ ਪਾਲਾ ਸਾਡੇ ਕੋਲ ਸਤਾਈ ਲੱਖ ਦੀ ਸਤਾਈ ਦਸ ਤੁਹਾਡੀ ਵੀ ਖੈਰ ਹੋ ਜੇ ਹੁਣ ਮੇਰੀ ਹਿੰਮਤ ਹਾਰ ਗਈ ਜੀ ਹੋਰ ਕਿਹਨੇ ਵਧਣਾ ਵੀ ਤੁਹਾਡੀ ਮਿਹਰਬਾਨੀ ਮੈਨੂੰ ਚੜ੍ਹਦੀ ਜੇ ਗੁੱਸਾ ਇਸ ਗੱਲ ਤੋਂ ਜਿਹਨੇ ਲੈਣੀ ਮੌਕੇ ਤੇ ਖੜੋਤੇ ਮੇਰੇ ਨਾਲ ਗੱਲ ਕਰੋ ਜਦੋਂ ਮੈਂ ਚੜ੍ਹ ਜਾਵਾਂ ਕੋਈ ਦੁਬਾਰਾ ਕੋਈ ਬੰਦਾ ਨਾ ਖੜੋ ਨਜ਼ਰ ਆਵੇ ਤੇ ਮੈਂ ਦੂਰੋਂ ਹੀ ਬੱਟੇ ਮਾਰਨੇ ਸ਼ੁਰੂ ਕਰ ਦੇਣੇ ਜੇ ਇਹਨਾਂ ਇਧਰ 60 ਹੋ ਗਿਆ ਗੱਡੀ ਹਾਜੀ ਸਾਹਿਬ ਜਾਣੀ ਚਾਹੀਦੀ ਹੈ ਬੜੀ ਮਿਹਨਤ ਕੀਤੀ ਅੱਲਾ ਜਾਂਦੇ ਵੱਡੇ ਭਾਈ ਨੇ ਆਪਣੇ ਗੱਡੀ ਦਾ ਕਲਰ ਰੇਟ ਵੀ ਨੀ ਲਾ ਰਹੇ 30 ਲੱਖ
ਕਿੰਨਾ ਸੀ 30 ਉੱਤੇ ਕਿੰਨਾ ਸੀ 30 10 30 10 ਹੋਰ ਜੀ 30 10 ਉੱਤੇ ਹੋਰ ਬੋਲੋ ਜੀ 30 10 ਉੱਤੇ ਹਾਂਜੀ ਸਾਹਿਬ ਨੋਟ ਦਿਓ ਤੁਸੀਂ 30 10 ਹਜ਼ਾਰ ਰੁਪਇਆ 30 10 ਬਾਦਲ ਭਾਈ ਨੁਕਸਾਨ ਤੇ ਨਹੀਂ ਹੋਏਗਾ ਜੇ ਮੈਂ ਗੱਡੀ ਤੈਨੂੰ ਦੇ ਦੇਵਾਂ ਤੇ जी संडे ऑक्शन के 6 पार्ट का यहाँ पे काम करते हैं, और क्योंकि वीडियो काफी ज्यादा लेंथी हो गई है, आई होप आप लोगों को ये भी पार्ट पसंद आया होगा। वीडियो को लाइक एंड शेयर लाजमी कीजिएगा, और भाई के चैनल को सब्सक्राइब नहीं किया तो चैनल को जरूर सब्सक्राइब कर लें, बेल आइकन को लाजमी दबा दीजिएगा ताकि आप लोगों को मुलाकात होती है इंशाल्लाह संडे ऑक्शन के 7 पार्ट में। इस पार्ट के लिए मुझे नहीं इजाजत।